ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ ਪੜ੍ਹਾਈ ਤੋਂ ਬਾਅਦ ਨੌਕਰੀ ਲਈ ਪਹਿਲੀ ਇੰਟਰਵਿਊ ਦੇਣ ਲਈ ਦਫ਼ਤਰ ਦੇ ਵਿੱਚ ਪਹੁੰਚ ਕੇ ਉਹ ਉਡੀਕ ਦੇ ਵਿੱਚ ਬੈਠਾ ਸੀ ਅਤੇ ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਘੁੰਮ ਰਿਹਾ ਸੀ ਅੱਜ ਨੌਕਰੀ ਮਿਲ ਗਈ ਤਾਂ ਪਿੰਡ ਛੱਡ ਕੇ ਸ਼ਹਿਰੀ ਵਿਸੇਬਾ ਕਰ ਲੂੰਗਾ ਮੰਮੀ ਪਾਪਾ ਦੀਆਂ ਰੋਜ਼-ਰੋਜ਼ ਦੀਆਂ ਝੜਕਾਂ ਆਕਰ ਆਉਣਾ ਕਰ ਹਰ ਵੇਲੇ ਦੀ ਕਿਚਕਿਚ ਤੋਂ ਛਟਕਾਰਾ ਮਿਲ ਜਾਊਗਾ ਡਾਟਾ ਪਰੇਸ਼ਾਨ ਸੀ ਉਹ ਗੱਲ-ਗੱਲ ਦੇ ਉੱਤੇ ਟੋਕੀ ਜਾਂ ਤੂੰ ਰੁੱਕੀ ਜਾਂ ਤੂੰ ਸੋਚ ਰਿਹਾ ਸੀ ਕਿ ਸਵੇਰੇ ਉੱਠਦੇ ਹੀ ਸ਼ੁਰੂ ਹੋ ਜਾਂਦੇ ਨੇ ਜਲਦੀ ਉੱਠਿਆ ਕਰ ਬਿਸਤਰਾ ਠੀਕ ਕਰਿਆ ਕਰ ਬਾਥਰੂਮ ਦੀ ਟੂਟੀ ਬੰਦ ਕਰਿਆ ਕਰ ਲਾਈਟ ਬੰਦ ਕਰਕੇ ਨਿਕਲਿਆ ਕਰ ਤੌਲੀਆ ਉੱਥੇ ਰੱਖਿਆ ਕਰ ਕਮਰੇ ਤੋਂ ਨਿਕਲੋ ਤਾਂ ਪੱਖਾ ਬੰਦ ਕਰਨ ਦਾ ਫਰਮਾਨ ਚੀਜ਼ਾਂ ਟਿਕਾਣੇ ਰੱਖਣ ਬਾਰੇ ਸੁੰਨਾ ਵਗੈਰਾ ਵਗੈਰਾ ਇਹ ਸਭ ਤੋਂ ਪਰੇਸ਼ਾਨ ਸੀ ਹੋ ਇੰਟਰਵਿਊ ਦਾ ਸਮਾਂ ਸਵੇਰੇ 9:00 ਵਜੇ ਦਾ ਸੀ ਹੁਣ ਤਾਂ 9:30 ਹੋ ਗਏ ਸਨ ਬੌਸ ਦੇ ਦਫ਼ਤਰ ਦੇ ਮੂਹਰੇ 8-10 ਹੋਰ ਮੁੰਡੇ ਕੁੜੀਆਂ ਦੀਆਂ ਇੰਟਰਵਿਊ ਲਈ ਲੈਣਾ ਲੱਗੀਆਂ ਹੋਈਆਂ ਸਨ ਅਤੇ ਆਵਾਜ਼ ਦੀ ਉਡੀਕ ਦੇ ਵਿੱਚ ਉਹ ਬੈਠੇ ਹੋਏ ਸਨ ਉਸਨੇ ਬਰਾਮਦੇ ਦੀਆਂ ਕੁਝ ਲਾਈਟਾਂ ਜਗਦੀਆਂ ਵੇਖੀਆਂ ਤਾਂ ਉਸ ਨੂੰ ਮਾਂ ਦੀ ਛੜਕੀ ਯਾਦ ਆ ਗਈ ਉਸਨੇ ਉੱਠ ਕੇ ਬਿਜਾ ਦਿੱਤੀਆਂ ਅਤੇ ਨਾਲ ਹੀ ਉਸਨੇ ਜਦੋਂ ਉੱਠਿਆ ਕਿ ਦੇਖਿਆ ਕਿ ਵਾਟਰ ਕੁਲਰ ਦੀ ਟੈਂਕੀ ਦੇ ਵਿੱਚੋਂ ਪਾਣੀ ਟਪਕ ਰਿਹਾ ਸੀ ਉਸ ਨੂੰ ਆਪਣੇ ਪਿਤਾ ਜੀ ਦੀ ਯਾਦ ਆ ਗਈ ਤੇ ਉਸਨੇ ਟੂਟੀ ਬੰਦ ਕਰ ਦਿੱਤੀ ਤਾਂ ਉਦੋਂ ਹੀ ਦਫ਼ਤਰ ਦੇ ਕਲਰਕ ਨੇ ਆ ਕੇ ਆਵਾਜ਼ ਮਾਰੀ ਕਿ ਇੰਟਰਵਿਊ ਉੱਪਰਲੀ ਮੰਜ਼ਿਲ ਤੇ ਹੋਏਗੀ ਉੱਪਰ ਜਾਣ ਦੇ ਮੌਕੇ ਉਸਨੇ ਦੇਖਿਆ ਕਿ ਪੌੜੀਆਂ ਦਾ ਬਲਬ ਜਗ ਰਿਹਾ ਹੈ ਉਸਨੇ ਰੋਕ ਕੇ ਬੜਬ ਵੀ ਬੰਦ ਕਰ ਦਿੱਤਾ ਤੇ ਉਹਦੇ ਸਾਹਮਣੇ ਇੱਕ ਟੁੱਟੀ ਕੁਰਸੀ ਪਈ ਸੀ। ਉਸਨੇ ਦੇਖਿਆ ਕਿ ਇਹਦੇ ਨਾਲ ਕਿਸੇ ਜਾਨੋਂ ਆਉਣ ਵਾਲੇ ਨੂੰ ਸੱਟ ਲੱਗ ਸਕਦੀ ਹੈ। ਵਾਰੀ ਦੀ ਉਡੀਕ ਕਰਨ ਲੱਗਾ ਉਸ ਤੋਂ ਪਹਿਲਾਂ ਉਸਨੇ ਟੁੱਟੀ ਕੁਰਸੀ ਨੂੰ ਚੱਕ ਕੇ ਸਾਈਡ ਤੇ ਲਾ ਦਿੱਤਾ। ਬਾਕੀ ਸਾਰੇ ਉਮੀਦਵਾਰ ਅੰਦਰ ਜਾ ਰਹੇ ਸਨ ਅਤੇ ਮੂੰਹ ਲਟਕਾ ਕੇ ਬਾਹਰ ਆ ਰਹੇ ਸਨ ਕਿਉਂਕਿ ਨਾਂ ਜੋ ਹੋ ਗਈ ਸੀ ਨੌਕਰੀ ਦੇਣ ਤੋਂ। ਸਾਰੇ ਆਖਣ ਕੀ ਜਵਾਬ ਤਾਂ ਸਾਰੇ ਗੱਡਵੇਂ ਦਿੱਤੇ ਨੇ ਫਿਰ ਵੀ ਸਾਹਿਬ ਨੇ ਸਿਰ ਖਿਫੇਰਤਾ। ਆਖਰ ਉਸ ਨੂੰ ਵੀ ਆਵਾਜ਼ ਪਈ। ਸਰਟੀਫਿਕੇਟਾਂ ਵਾਲੀ ਫਾਈਲ ਉਸਨੇ ਬੋਸਪ ਵੱਲ ਵਧਾਈ ਤੇ ਉਸਨੇ ਸਰਸਰੀ ਨਜ਼ਰ ਮਾਰੀ ਤੇ ਪੁੱਛਿਆ ਡਿਊਟੀ ਕਿਸ ਦਿਨ ਤੋਂ ਜੁਆਇਨ ਕਰੋਗੇ ਉਹ ਹੈਰਾਨ ਸੀ ਮੋੜੋਂ ਸਵਾਲ ਕੀਤਾ ਸਰ ਮਜ਼ਾਕ ਨਾ ਕਰੋ ਤੁਸੀਂ ਇਥੇ ਪੁੱਛਿਆ ਹੀ ਕੁਛ ਨਹੀਂ ਮੇਰੀ ਪੜ੍ਹਾਈ ਬਾਰੇ ਜਾਂ ਤੁਸੀਂ ਫਾਈਲ ਵੀ ਕੋਈ ਨਹੀਂ ਵੇਖੀ ਤੇ ਐਵੇਂ ਕਿਵੇਂ ਨੌਕਰੀ ਦੇ ਦਿੱਤੀ ਸਰ ਮੁਸਕਰਾਏ ਅਤੇ ਉਸਨੇ ਉਸ ਨੂੰ ਪੈਰਾਂ ਤੱਕ ਝੰਜੋੜ ਦਿੱਤਾ ਉਸਨੇ ਕਿਹਾ ਕਿ ਮੈਂ ਇੰਟਰਵਿਊ ਤੋਂ ਪਹਿਲਾਂ ਅੱਧਾ ਘੰਟਾ ਸੀਸੀਟੀਵੀ ਦੇ ਵਿੱਚ ਤੁਹਾਡੇ ਸਾਰਿਆਂ ਦਾ ਵਰਤੋਅ ਦੇਖ ਰਿਹਾ ਸੀ ਪਾਣੀ ਦੀ ਟੂਟੀ ਚੱਲਦੀ ਬਲਬ ਜਗਦੇ ਪੱਖਾ ਚੱਲਦਾ ਤੇ ਟੁੱਟੀ ਕੁਰਸੀ ਮਨ ਜਾਣਬੁੱਝ ਕੇ ਪੌੜੀਆਂ ਦੇ ਵਿੱਚ ਰਖਵਾਈ ਸੀ ਸਾਰੇ ਉਮੀਦਵਾਰਾਂ 'ਚੋ ਇੱਕ ਉਹੀ ਸੀ ਜਿਸਨੇ ਆਪਣਾ ਫਰਜ਼ ਸਮਝ ਕੇ ਬੰਦ ਕੀਤੇ ਸੀ ਇਸ ਲਈ ਭਾਈ ਤੇਰੇ ਸੰਸਕਾਰਾਂ ਨੇ ਹੁਣ ਤੈਨੂੰ ਸਵਾਲ ਕਰਨ ਦੀ ਗੁੰਜਾਇਸ਼ ਤੇ ਮਕਾਇਦ ਦਿੰਦੀ ਹੈ ਤਾਂ ਨੇ ਤੇਰੀ ਮਾਂ-ਬਾਪ ਜਿਨ੍ਹਾਂ ਨੇ ਤੈਨੂੰ ਇਹੋ ਜਿਹੇ ਸੰਸਕਾਰ ਦਿੱਤੇ ਨੇ ਜੋ ਵਿਅਕਤੀ ਸੈਲਫ ਡਿਸਪਲਾਈਨ ਨਹੀਂ ਉਹ ਕਦੇ ਵੀ ਆਪਣੇ ਰਾਹਦਿਆਂ ਦੇ ਵਿੱਚ ਸਫਲ ਨਹੀਂ ਹੋ ਸਕਦਾ ਵੱਪਸ ਪਹੁੰਚਦੇ ਆਂ ਉਹ ਮੰਮੀ ਪਾਪਾ ਦੇ ਗੱਲ ਲੱਗ ਗਿਆ ਤੇ ਉਸ ਦਾ ਲੈਣੋਂ ਤੂੰ ਜੀ ਨਾ ਕਰੇ ਉਹਦਾ ਜੀ ਕਰੇ ਕਿ ਅੱਜੇ ਮੈਨੂੰ ਛੜਕਾਂ ਦੇ 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 ਅੱਜ ਉਹਨਾਂ ਦੀਆਂ ਛੜਕਾਂ ਦੇ ਵਿੱਚੋਂ ਉਸ ਨੂੰ ਸ਼ਹਿਦ ਚੁੰਦਾ ਲੱਗਿਆ ਉਸ ਨੂੰ ਲੱਗਿਆ ਕਿ ਕਈ ਸਾਲਾਂ ਚ ਸਕੂਲਾਂ ਕਾਲ ਜਾਂਦੀਆਂ ਲਈਆਂ ਡਿਗਰੀਆਂ ਉਸ ਦੇ ਮਾਪਿਆਂ ਦੀਆਂ ਛੜਕਾਂ ਤੇ ਰੋਕਚੋਕ ਦੇ ਮੂਹਰੇ ਅਜ ਹਾਰ ਗਈਆਂ ਹੁਣ ਸੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਫਲਤਾ ਦੇ ਲਈ ਪਰਿਵਾਰਕ ਸੰਸਕਾਰ ਵੀ ਬੜੇ ਜ਼ਰੂਰੀ ਨੇ ਡਿਸਪਲਨ ਵੀ ਬੜਾ ਜ਼ਰੂਰੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ